ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਤੇ ਮੈਂ ਹਾਂ ਤੁਹਾਡੀ ਹੋਸਟ ਜਸਪ੍ਰੀਤ। ਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਵਿੱਚ, ਜਿੱਥੇ ਸਟਾਰਸ ਆਫ ਪੰਜਾਬ ਅਵਾਰਡ 2019 ਚੱਲ ਰਿਹਾ ਹੈ। ਤੇ ਇਸ ਅਵਾਰਡ ਫੰਕਸ਼ਨ ਦੇ ਵਿੱਚ ਉਹਨਾਂ ਲੋਕਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਹੜੇ ਕਿ ਅਲੱਗ-ਅਲੱਗ ਕਿੱਤੇ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਤੇ ਅੱਜ ਸਾਡੇ ਨਾਲ ਇਸ ਟਾਈਮ ਇੱਥੇ ਮੌਜੂਦ ਨੇ ਦੇਵ ਢਿੱਲੋਂ ਜੀ, ਜਿਨ੍ਹਾਂ ਨੂੰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੇਵ ਜੀ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਤੁਹਾਡਾ ਰੰਗਲਾ ਟੀਵੀ ਤੇ ਸਵਾਗਤ ਹੈ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਅਵਾਰਡ ਦੇ ਲਈ। ਥੈਂਕ ਯੂ ਸੋ ਮਚ ਜੀ, ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਇਸ ਦਾ ਇੱਥੇ ਪਹੁੰਚਣ ਲਈ, ਔਰ ਮੈਨੂੰ ਬਹੁਤ ਬੜਾ ਮਾਣ ਮਹਿਸੂਸ ਹੋ ਰਿਹਾ ਆਪਣੇ ਆਪ 'ਤੇ। ਮੈਂ ਸਨ 2003 ਤੋਂ ਇਸ ਲਾਈਨ ਦੇ ਵਿੱਚ ਹਾਂ, ਔਰ ਮੈਂ ਵੱਖ ਵੱਖ ਜਗ੍ਹਾ ਤੋਂ ਆਪਣੇ ਕੋਰਸ ਕੀਤੇ, ਸਟੱਡੀ ਕੀਤੀ ਲਾਈਕ ਫਿਟਨੈਸ ਦੇ ਵਿੱਚ, ਐਰੋਬਿਕਸ ਦੇ ਵਿੱਚ, ਐਂਡ ਕੈਨੇਡਾ ਤੋਂ ਮੈਂ ਯੋਗਾ ਦੇ ਵਿੱਚ ਸਰਟੀਫਾਈਡ ਹਾਂ। ਔਰ 2011 ਦੇ ਵਿੱਚ ਮੈਂ ਆਪਣਾ ਸੈਂਟਰ ਓਪਨ ਕੀਤਾ ਲੁਧਿਆਣਾ ਦੇ ਵਿੱਚ, ਤੋ ਜੋ ਕਿ ਇਸ ਟਾਈਮ ਹੈਗਾ ਸਾਡਾ ਕੰਪਲੀਟ ਹੈਲਥ ਕੇਅਰ ਦਾ ਕੰਸੈਪਟ ਹੈ। ਅਸੀਂ ਹਰ ਇੱਕ ਪਰਸਨ ਦਾ ਡਿਟੇਲ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਪਲਾਨ ਕਰਦੇ ਹਾਂ ਕਿਸ ਤਰ੍ਹਾਂ ਦਾ ਵਰਕਆਊਟ ਕਰਵਾਇਆ ਜਾਊਗਾ, ਕਿਸ ਤਰ੍ਹਾਂ ਉਹਨਾਂ ਦੀ ਲਾਈਫ ਨੂੰ ਅਸੀਂ ਚੇਂਜ ਕਰਦੇ ਹਾਂ, ਅਸੀਂ ਡੇ ਬਾਈ ਡੇ ਦੇਖਦੇ ਹਾਂ ਉਹਨਾਂ ਦੀ ਪ੍ਰੋਗਰੈਸ ਹੁੰਦੇ ਹੋਏ। ਸਾਡੇ ਸੈਂਟਰ ਦੇ ਵਿੱਚ ਯੋਗਾ ਹੁੰਦਾ, ਫਿਟਨੈਸ ਟ੍ਰੇਨਿੰਗ ਹੁੰਦੀ ਹੈ, ਮੈਡੀਟੇਸ਼ਨ ਵੀ ਹੁੰਦਾ, ਔਰ ਬਾਕੀ ਲਾਈਫ ਸਟਾਈਲ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਹੈਲਥ ਇਸ਼ੂਜ਼ ਹੁੰਦੇ, ਪ੍ਰੋਬਲਮਸ ਹੁੰਦੀਆਂ, ਉਹਨਾਂ ਨੂੰ ਅਸੀਂ ਟ੍ਰੀਟ ਕਰਦੇ ਹਾਂ ਥਰੂ ਵੇਰੀਏਸ਼ਨ ਆਫ ਵਰਕਆਊਟਸ ਐਂਡ ਮੈਡੀਟੇਸ਼ਨ ਐਂਡ ਡਾਇਟ ਪਲਾਨਸ। ਥੈਂਕ ਯੂ ਸੋ ਮਚ। ਤੇ ਸਰ, ਅੱਜ ਕੱਲ੍ਹ ਜਿਹੜਾ ਯੂਥ ਦੇ ਵਿੱਚ ਫਿਟਨੈਸ ਦਾ ਕਰੇਜ਼ ਜਿਹੜਾ ਘੱਟ ਹੈ, ਇੱਕ ਤਾਂ ਕਿਤੇ ਨਾ ਕਿਤੇ ਇਹਦਾ ਰੀਜ਼ਨ ਇਹ ਹੈ ਕਿ ਲੋਕਾਂ ਦੀ ਜਿਹੜੀ ਲਾਈਫ ਆ ਉਹ ਜ਼ਿਆਦਾ ਬਿਜ਼ੀ ਹੋ ਗਈ ਆ, ਅਤੇ ਜਾਂ ਫਿਰ ਬਹੁਤ ਜ਼ਿਆਦਾ ਵਿਕਾਸ ਹੋ ਗਿਆ ਆ ਕਿ ਲੋਕ ਜਿਹੜੇ ਆ ਉਹ ਪੈਸੇ ਦੇ ਪਿੱਛੇ ਜ਼ਿਆਦਾ ਦੌੜ ਰਹੇ ਆ, ਅਤੇ ਉਹਨਾਂ ਦਾ ਟਾਈਮ ਨਹੀਂ ਹੈਗਾ ਕਿ ਆਪਣੇ ਆਪ ਨੂੰ ਫਿੱਟ ਰੱਖ ਸਕਣ, ਅਤੇ ਜੇ ਮਿਲਦਾ ਵੀ ਆ ਬਹੁਤ ਸ਼ੋਰਟ ਟਾਈਮ ਮਿਲਦਾ ਹੈ, ਅਤੇ ਕੋਈ ਇੱਦਾਂ ਦੇ ਟਿਪਸ ਦਿਓ ਕਿ ਜਿਹੜਾ ਕਿ ਘੱਟ ਸਮੇਂ ਦੇ ਵਿੱਚ ਉਹ ਆਪਣੇ ਆਪ ਨੂੰ ਜਿਹੜਾ ਈਜ਼ੀ ਜਿਹੜਾ ਹੈਲਦੀ ਜਿਹੜੇ ਹੈਗੇ ਆ ਉਹ ਐਕਸਰਸਾਈਜ਼ ਕਰਕੇ ਫਿੱਟ ਰੱਖ ਸਕਣ। ਥੈਂਕ ਯੂ। ਡਿਪੈਂਡ ਕਰਦਾ ਜੀ ਆਪਣੀ ਪ੍ਰਿਓਰਿਟੀ ਕੀ ਹੈ ਲਾਈਫ ਦੇ ਵਿੱਚ, ਹੈ ਨਾ, ਆਪਾਂ ਪ੍ਰੈਫਰੈਂਸ ਕਿਸ ਚੀਜ਼ ਨੂੰ ਦਿੰਦੇ ਹਾਂ। ਜੇ ਆਪਾਂ ਆਪਣੀ ਹੈਲਥ ਲਈ ਅਵੇਅਰ ਹੈਗੇ ਹਾਂ, ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਅਵੇਅਰਨੈਸ। ਇਸ ਟਾਈਮ ਅਸੀਂ ਦੇਖ ਰਹੇ ਹਾਂ ਕਾਫੀ ਚੇਂਜ ਆ ਰਿਹਾ ਪੰਜਾਬ ਦੇ ਵਿੱਚ, ਲੋਕ ਕਾਫੀ ਅਵੇਅਰ ਹੋ ਰਹੇ ਆ, ਲੋਕ ਬਹੁਤ ਨੌਲੇਜ ਰੱਖਦੇ ਆ, ਮੀਡੀਆ ਨੇ ਇਸ ਦੇ ਵਿੱਚ ਬਹੁਤ ਵੱਡਾ ਰੋਲ ਪਾਇਆ, ਔਰ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਵੀ ਹੈਲਥ ਟਿਪਸ ਕਿਸ ਤਰ੍ਹਾਂ ਦੇਖਣੀ ਹੈ, ਅਸੀਂ ਮੋਬਾਈਲ ਕਿਸ ਤਰ੍ਹਾਂ ਯੂਜ਼ ਕਰਨਾ ਹੈ। ਅੱਛਾ ਯੂਜ਼ ਵੀ ਕਰਦੇ ਆ, ਬੁਰਾ ਵੀ ਕਰਦੇ, ਨੋ ਡਾਊਟ, ਬਟ ਮੋਬਾਈਲ ਦਾ ਬਹੁਤ ਅੱਛਾ ਯੂਜ਼ ਹੈ ਇਹਦੇ ਵਿੱਚ, ਔਰ ਮੀਡੀਆ ਦਾ ਯੂਜ਼ ਹੈ। ਅਸੀਂ ਇਹੀ ਟਿਪਸ ਦਿੰਦੇ ਹਾਂ ਇਹਦੇ ਲਈ ਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਸਵੇਰੇ ਉੱਠਣਾ ਟਾਈਮ ਨਾਲ, ਔਰ ਉਸ ਲਈ ਜ਼ਰੂਰੀ ਹੈ ਟਾਈਮ ਨਾਲ ਸ਼ਾਮ ਨੂੰ ਸੌਣਾ, ਤੁਹਾਡੀ ਨੀਂਦ ਪੂਰੀ ਹੋਣੀ ਚਾਹੀਦੀ ਹੈ, 8 ਘੰਟੇ ਦੀ ਨੀਂਦ ਤੁਹਾਨੂੰ ਲੈਣਾ ਜ਼ਰੂਰੀ ਹੈ, ਉਸ ਤੋਂ ਹੀ ਆਪਣੀ ਫਿਟਨੈਸ ਸਟਾਰਟ ਹੁੰਦੀ ਹੈ। ਹਾਂਜੀ, ਓਕੇ ਸਰ। ਅਤੇ ਇੱਕ ਇਹ ਵੀ ਹੈਗਾ ਕਿ ਮਤਲਬ ਲੋਕ ਬਿਜ਼ੀ ਹੋ ਰਹੇ ਆ, ਉਹਨਾਂ ਨੂੰ ਆਪਣੀ ਫਿਟਨੈਸ ਦਾ ਜਿਹੜਾ ਹੈਗਾ ਸਰ ਨੇ ਬਹੁਤ ਵਧੀਆ ਕਿਹਾ ਹੈ, ਤੁਹਾਨੂੰ ਜਿਹੜਾ ਹੈਗਾ ਬੈਸਟ ਲਾਈਫ ਚੇਂਜਰ ਦਾ ਅਵਾਰਡ ਮਿਲਿਆ ਹੈ। ਜਦੋਂ ਤੁਸੀਂ ਇਹ ਜਿਹੜਾ ਜਿਮ ਸ਼ੁਰੂ ਕੀਤਾ ਸੀਗਾ ਉਦੋਂ ਤੁਹਾਡਾ ਕੀ ਏਮ ਸੀਗਾ, ਕੀ ਏਮ ਲੈ ਕੇ ਤੁਸੀਂ ਚੱਲੇ ਸੀਗੇ ਕਿ ਮੈਂ ਲੋਕਾਂ ਨੂੰ ਹੈਲਦੀ ਬਣਾਉਣਾ ਹੈ ਜਾਂ ਕੁਛ ਵੀ? ਮੇਰਾ ਇਹੀ ਏਮ ਸੀਗਾ ਸ਼ੁਰੂ ਦੇ ਵਿੱਚ ਹੀ ਕਿ ਜਿਮ ਤਾਂ ਬਹੁਤ ਸਾਰੇ ਹੈ, ਬਟ ਇੱਦਾਂ ਦਾ ਕੋਈ ਜਿਮ ਨਹੀਂ ਹੈ ਜਿੱਥੇ ਕਿ ਹਰੇਕ ਏਜ ਦਾ ਪਰਸਨ ਜਾ ਸਕੇ। ਮੇਰਾ ਮੋਟਿਵ ਹੈ ਜਿਮ ਦਾ 9 to 99 years, ਸਾਡੇ ਕੋਲ ਛੋਟੇ ਬੱਚੇ ਤੋਂ ਲੈ ਕੇ ਵੀ ਬਜ਼ੁਰਗ ਤੱਕ ਆਉਂਦੇ ਐਕਸਰਸਾਈਜ਼ ਕਰਨ ਲਈ, ਅਸੀਂ ਉਹਨਾਂ ਦੇ ਅਕੋਰਡਿੰਗ ਹੀ ਸਾਰੇ ਪਲਾਨਸ ਬਣਾਉਂਦੇ ਹਾਂ। ਹੁਣ ਜਿਵੇਂ ਅੱਜ ਦੇ ਆਪਾਂ ਦੇਖਦੇ ਹਾਂ ਬੱਚਿਆਂ ਦੇ ਵਿੱਚ ਓਬੈਸਿਟੀ ਬਹੁਤ ਜ਼ਿਆਦਾ ਆ ਰਹੀ ਹੈ, ਅਸੀਂ ਉਹਨਾਂ ਨੂੰ ਬੇਸਿਕ ਡਾਇਟ ਪਲਾਨਸ ਦਿੰਦੇ ਹਾਂ, ਉਹਨਾਂ ਦੇ ਪੇਰੈਂਟਸ ਦੀ ਕਾਉਂਸਲਿੰਗ ਕਰਦੇ ਹਾਂ ਅਸੀਂ, ਫਿਰ ਬੱਚਿਆਂ ਨੂੰ ਵੀ ਕਾਉਂਸਲ ਕਰਦੇ ਹਾਂ, ਉਹਨਾਂ ਦੀਆਂ ਫੇਵਰੇਟ ਚੀਜ਼ਾਂ ਵੀ ਉਹਨਾਂ ਨੂੰ ਖਾਣ ਦੇ ਵਿੱਚ ਦਿੰਦੇ ਹਾਂ, ਲਾਈਕ ਕੁਆਂਟਿਟੀ ਕਾਊਂਟ ਕਰਕੇ ਰੱਖਦੇ ਹਾਂ ਅਸੀਂ, ਔਰ ਜਿਹੜੇ ਬਜ਼ੁਰਗ ਆਉਂਦੇ ਆ ਉਹਨਾਂ ਦੇ ਵੀ ਲਾਈਫ ਸਟਾਈਲ ਲੈ ਕੇ, ਉਹਨਾਂ ਦਾ ਹੈਲਥ ਡਿਟੇਲ ਲੈ ਕੇ ਅਸੀਂ ਵਰਕਆਊਟਸ ਪਲਾਨ ਕਰਦੇ ਹਾਂ। ਉਸੇ ਤਰ੍ਹਾਂ ਦਾ ਹੀ ਸਾਡਾ ਜਿਹੜੇ ਮਿਡ ਏਜ ਹੈ ਜਾਂ ਯੰਗਸਟਰ ਹੈ, ਹਰੇਕ ਦਾ ਆਪਣਾ ਆਪਣਾ ਵਰਕਆਊਟ ਪਲਾਨ ਹੈ ਸਾਡੇ ਜਿਮ ਦੇ ਵਿੱਚ, ਔਰ ਮੇਰਾ ਇਹੀ ਮੋਟਿਵ ਸੀਗਾ ਕਿ ਜਿਮ ਇੱਦਾਂ ਦਾ ਹੋਣਾ ਚਾਹੀਦਾ ਵੀ ਬੰਦਾ ਅੰਦਰ ਐਂਟਰ ਕਰੇ, ਆਪਣਾ ਸਾਰਾ ਸਟ੍ਰੈਸ, ਆਪਣਾ ਸਾਰਾ ਕਿਸੇ ਤਰ੍ਹਾਂ ਦਾ ਵੀ ਉਹਦੀ ਐਂਗਜ਼ਾਇਟੀ ਉਹਨੂੰ ਉੱਥੇ ਛੱਡ ਕੇ ਜਾਵੇ, ਜਦੋਂ ਬਾਹਰ ਜਾਵੇ ਤਾਂ ਫਰੈਸ਼ ਫੀਲ ਕਰੇ। ਇਸ ਲਈ ਅਸੀਂ ਯੋਗਾ ਨੂੰ ਮੁੱਖ ਰੱਖਦੇ ਹਾਂ, ਪ੍ਰਾਣਾਯਾਮਸ ਅਸੀਂ ਕਰਾਉਂਦੇ ਹਾਂ, ਮੈਡੀਟੇਸ਼ਨ ਅਸੀਂ ਕਰਾਉਂਦੇ ਹਾਂ ਹਰ ਇੱਕ ਕਲਾਇੰਟ ਨੂੰ। ਹਾਂਜੀ, ਅਤੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਹੈ ਉਹ ਨਸ਼ੇ ਵੱਲ ਜ਼ਿਆਦਾ ਜਾ ਰਹੇ ਆ ਅਤੇ ਹੈਲਥ ਵੱਲ ਬਹੁਤ ਘੱਟ ਧਿਆਨ ਦੇ ਰਿਹਾ, ਜਦਕਿ ਉਹਨਾਂ ਨੂੰ ਜਿਹੜਾ ਨਸ਼ਾ ਆ ਉਹ ਉਹਨਾਂ ਨੂੰ ਕਰੇਜ਼ ਹੋਣਾ ਚਾਹੀਦਾ ਕਿ ਅਸੀਂ ਜਿਹੜੇ ਉਹ ਫਿੱਟ ਰਹੀਏ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਯੂਥ ਨੂੰ? ਇਹ ਸਾਰਾ ਕੁਝ ਹੁੰਦਾ ਲੈਕ ਆਫ ਅਵੇਅਰਨੈਸ, ਲਾਈਕ ਹੁਣ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਜ਼ਿਆਦਾਤਰ ਪ੍ਰੋਬਲਮਸ ਆਉਂਦੀਆਂ ਕਿ ਉੱਥੇ ਇਸ ਚੀਜ਼ ਨੂੰ ਅਵੇਅਰ ਨਹੀਂ ਕੀਤਾ ਜਾਂਦਾ, ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾਂਦਾ ਹੈਲਥ ਦੇ ਪ੍ਰਤੀ। ਇਹ ਤਾਂ ਗੌਰਮੈਂਟ ਨੂੰ ਵੀ ਚਾਹੀਦਾ ਵੀ ਹਰੇਕ ਪਿੰਡ ਦੇ ਵਿੱਚ, ਹਰੇਕ ਏਰੀਆ ਦੇ ਵਿੱਚ ਇੱਕ ਹੈਲਥ ਦਾ ਸਪੈਸ਼ਲ ਹੋਣਾ ਚਾਹੀਦਾ ਹੈ ਹਰੇਕ ਬੰਦੇ ਲਈ, ਜਿਵੇਂ ਗ੍ਰੈਜੂਏਸ਼ਨ ਹੈ ਜਾਂ ਸਟੱਡੀ ਹੈ, ਉਹਦੇ ਨਾਲ ਇੱਕ ਹੈਲਥ ਨੂੰ ਮੇਨ ਕਰ ਦੇਣਾ ਚਾਹੀਦਾ ਇਹਨਾਂ ਨੂੰ, ਤਾਂ ਕਿ ਹਰੇਕ ਬੰਦੇ ਨੂੰ ਆਪਣੀ ਆਪਣੀ ਏਜ ਦੇ ਅਕੋਰਡਿੰਗ ਉਹਨੂੰ ਹੈਲਥ ਦੀ ਗਾਈਡੈਂਸ ਮਿਲੇ, ਚਾਹੇ ਪਿੰਡਾਂ ਦੇ ਵਿੱਚ ਆਪਣੀ ਲੇਡੀਜ਼ ਹੈ, ਸ਼ਹਿਰਾਂ ਦੇ ਵਿੱਚ ਲੇਡੀਜ਼ ਹੈ, ਮਿਡ ਏਜ ਦੀ ਲੇਡੀਜ਼ ਨੂੰ ਜਾ ਕੇ ਉਹਨਾਂ ਨੂੰ ਕੋਈ ਗਾਈਡ ਨਹੀਂ ਕਰਦਾ ਗਾ ਅੱਛੀ ਡਾਇਟ ਲਈ, ਅੱਛੀ ਹੈਲਥ ਐਕਸਰਸਾਈਜ਼ ਲਈ, ਜਿਮਸ ਦੇ ਵਿੱਚ ਉਹ ਜਾ ਨਹੀਂ ਸਕਦੇ ਕਿਉਂਕਿ ਹਰੇਕ ਨੂੰ ਜਿਮ ਦੇ ਵਿੱਚ ਅੱਜ
ਜਿਮ ਨੂੰ ਅਸੀਂ ਸੋਚਦੇ ਹਾਂ, ਮੇਰਾ ਇਹ ਮੰਨਣਾ ਹੈ ਕਿ ਜਿਹੜੇ ਜਿਮ ਪਿੰਡਾਂ ਦੇ ਵਿੱਚ ਖੋਲ੍ਹੇ ਜਾ ਰਹੇ ਆ ਉਹਨਾਂ ਨੂੰ ਸਕੂਲਸ ਦੇ ਨਾਲ ਐਡ ਆਨ ਕੀਤਾ ਜਾਣਾ ਚਾਹੀਦਾ। ਉੱਥੇ ਇੱਕ ਸਟਾਫ ਹੋਣਾ ਚਾਹੀਦਾ ਜਿਹੜਾ ਕਿ ਪ੍ਰੋਪਰ ਟ੍ਰੇਨਡ ਹੋਵੇ ਇਹਦੇ ਵਿੱਚ, ਹੈ ਨਾ, ਜਿਹਨੂੰ ਫਿਟਨੈਸ ਦਾ ਨੌਲੇਜ ਹੋਵੇ ਪ੍ਰੋਪਰ, ਉਹ ਜਾ ਕੇ ਉਹਨਾਂ ਨੂੰ ਐਕਸਰਸਾਈਜ਼ ਕਰਾਵੇ, ਉਹਨਾਂ ਨੂੰ ਗਾਈਡੈਂਸ ਦੇਵੇ। ਉੱਥੇ ਜਿੰਨੇ ਬੱਚੇ ਸਕੂਲ ਦੇ ਵਿੱਚ ਆਉਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਹੈਲਥ ਬਾਰੇ ਨੌਲੇਜ ਦਿੱਤੀ ਜਾਵੇ। ਬਟ ਅਸੀਂ ਦੇਖ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਜਿਮ ਖੋਲ੍ਹੇ ਹੋਏ, ਮਸ਼ੀਨਾਂ ਪਈਆਂ, ਬਟ ਉਹਨਾਂ ਦਾ ਪੈਸਾ ਕਿਤੇ ਹੋਰ ਯੂਜ਼ ਹੋਇਆ ਔਰ ਉੱਥੇ ਜਿਮ ਖਾਲੀ ਆ ਉਹਨਾਂ ਨੇ ਉਦੋਂ। ਟ੍ਰੇਨਰ ਸਰਟੀਫਾਈਡ ਹੋਣੇ ਚਾਹੀਦੇ ਹਮੇਸ਼ਾ। ਹਾਂਜੀ ਬਿਲਕੁਲ। ਤੁਹਾਡੀ ਫਿਟਨੈਸ ਦਾ ਕੀ ਰਾਜ਼ ਆ? ਸਾਡਾ ਇਹੀ ਰਾਜ਼ ਜੀ, ਅਸੀਂ ਸਾਰਿਆਂ ਦੀ ਸੇਵਾ ਕਰਦੇ, ਫਿਰ ਆਪਣੇ ਲਈ ਵੀ ਟਾਈਮ ਕੱਢਣਾ ਪੈਂਦਾ ਵਿੱਚ। ਹਾਂਜੀ, ਮੋਰਨਿੰਗ ਮੈਂ 5:30 ਸ਼ੁਰੂ ਕਰ ਲੈਂਦਾ ਆਪਣਾ ਸੈਂਟਰ, ਔਰ ਅਸੀਂ 1 ਵਜੇ ਔਫ ਕਰਦੇ ਹਾਂ, ਫਿਰ 4 ਤੋਂ ਲੈ ਕੇ 10 ਵਜੇ ਤੱਕ ਸਾਡਾ ਹੁੰਦਾ। ਬਟ ਉਸ ਲਈ ਮੈਂ ਯੋਗਾ ਨੂੰ ਜ਼ਿਆਦਾ ਪ੍ਰੈਫਰ ਕਰਦਾ। ਹਾਂਜੀ, ਅਤੇ ਫਿਟਨੈਸ ਦੇ ਨਾਲ ਨਾਲ ਪਰਸਨੈਲਿਟੀ ਵੀ ਬਹੁਤ ਵਧੀਆ ਹੈ, ਉਹਦੇ ਪਿੱਛੇ ਕੀ ਰਾਜ਼ ਹੈ? ਥੈਂਕ ਯੂ ਸੋ ਮਚ। ਪਰਸਨੈਲਿਟੀ ਤਾਂ ਇੱਦਾਂ ਦਾ, ਇਹ ਫੀਲਡ ਹੀ ਇੱਦਾਂ ਦਾ, ਲੋਕਾਂ ਨੂੰ ਖੁਸ਼ੀਆਂ ਜਿੰਨੀਆਂ ਵੰਡਾਂਗੇ ਉਹ ਉਨੀਆਂ ਆਪਣੀ ਲਾਈਫ ਦੇ ਵਿੱਚ ਵੀ ਆਉਣੀਆਂ, ਤਾਂ ਦੂਜਿਆਂ ਦੀ ਸੇਵਾ ਕਰਕੇ ਮੈਨੂੰ ਬਹੁਤ ਅੱਛਾ ਲੱਗਦਾ। ਮੇਨ ਮੇਰਾ ਖੁਸ਼ੀ ਦਾ ਰੀਜ਼ਨ ਇਹੀ ਰਹਿੰਦਾ, ਜਿੰਨੇ ਮੇਰੇ ਕਲਾਇੰਟ ਖੁਸ਼ ਹੁੰਦੇ ਆ ਉਨੀ ਸਾਡੀ ਹੈਪੀਨੈਸ ਆਪਣੀ ਵੱਧਦੀ ਚਲੀ ਜਾਂਦੀ ਹੈ। ਹਾਂਜੀ, ਲਾਸਟ ਵਿੱਚ ਸਾਡੇ ਰੰਗਲਾ ਟੀਵੀ ਦੇ ਵਿਊਅਰਸ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ? ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਆਪਣੀ ਹੈਲਥ ਦਾ ਖਿਆਲ ਰੱਖੋ ਔਰ ਆਪਣਾ ਇੱਕ ਟਾਈਮ ਟੇਬਲ ਬਣਾ ਕੇ ਰੱਖੋ, ਜਲਦੀ ਉੱਠਣਾ ਸਵੇਰੇ ਔਰ ਸ਼ਾਮ ਨੂੰ ਜਲਦੀ ਸੌਣਾ, ਇਹੀ ਵੱਡੀ ਉਮਰ ਦਾ ਰਾਜ ਹੁੰਦਾ ਹੈ। ਥੈਂਕ ਯੂ ਸੋ ਮਚ। ਸੋ ਜੀ, ਜੋ ਦੇਵ ਢਿੱਲੋਂ ਨੇ ਕਿਹਾ ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਥੋੜ੍ਹਾ ਜਿਹਾ ਟਾਈਮ ਜਿਹੜਾ ਆ ਆਪਣੇ ਲਈ ਜ਼ਰੂਰ ਕੱਢੋ। ਪੈਸੇ ਪਿੱਛੇ ਚਲੋ, ਪੈਸਾ ਜਿਹੜੀ ਹੈ ਸਾਡੀ ਬੇਸਿਕ ਨੀਡ ਹੈ ਜਿਹੜੀ ਹੈਗੀ ਉਹ ਸਾਡੇ ਲਈ ਜ਼ਰੂਰੀ ਹੈ, ਪਰ ਸਾਡੀ ਜਿਹੜੀ ਫਿਟਨੈਸ ਹੈ ਉਹ ਵੀ ਸਾਡੇ ਲਈ ਹੋਣੀ ਜ਼ਰੂਰੀ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਦੇਖਦੇ ਰਹੋ ਰੰਗਲਾ ਟੀਵੀ। ਸਤਿ ਸ਼੍ਰੀ ਅਕਾਲ।